सत श्री अकाल जी, वॉइस ऑफ पंजाब टीवी देख रहे तमाम दर्शकों का स्वागत है। जिवें जिवें पंजाब दीआं विधानसभा चोणां नज़दीक आ रहीआं ने, उवें उवें दल बदलीआं दा दौर जा रहा है। किसान अंदोलन च कहा जा रहा सी कि बीजेपी दा पंजाब विच हुण कोई भविख नहीं है, क्योंकि बीजेपी ते श्रोमणी अकाली दल दा 9 माह दा रिश्ता सी जिहड़ा कि किसान अंदोलन दौरान टुट गया सी, जिस तों बाद इह कयास लाईआं जा रहीआं सी। बहुत सारे लोकां दा कहना सी कि बीजेपी हुण पंजाब अंदर कोई भी सीट हासिल नहीं कर पाएगी, पर जिवें जिवें पंजाब दीआं विधानसभा चोणां नज़दीक आ रहीआं ने, उवें उवें पंजाब दे वड्डे सियासतदान ने जिहड़े उह बीजेपी विच शामिल हो गए ने जां होण वाले ने, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹੋਵੇ, ਪੰਜਾਬ ਲੋਕ ਕਾਂਗਰਸ ਦੀ ਗੱਲ ਹੋਵੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਜੇਪੀ ਨਾਲ ਹੱਥ ਮਿਲਾ ਰਿਹਾ ਹੈ। ਇਸੇ ਤਰ੍ਹਾਂ ਢੀਂਡਸਾ ਪਰਿਵਾਰ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਗਿਆ ਸੀ, ਉਹਨਾਂ ਵੱਲੋਂ ਵੀ ਬੀਜੇਪੀ ਨਾਲ ਗੱਠਜੋੜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦੇ ਸੀਨੀਅਰ ਨੇਤਾ ਨੇ ਰਾਣਾ ਗੁਰਮੀਤ ਸੋਢੀ, ਉਹਨਾਂ ਵੱਲੋਂ ਵੀ ਬੀਜੇਪੀ ਨਾਲ ਹੱਥ ਮਿਲਾ ਲਿਆ ਜਾਂਦਾ ਹੈ, ਬੀਜੇਪੀ ਵਿੱਚ ਉਹ ਸ਼ਾਮਿਲ ਹੋ ਜਾਂਦੇ ਨੇ। ਇਸ ਤੋਂ ਬਾਅਦ ਲਗਾਤਾਰ ਜਿਹੜੇ ਸਿਆਸੀ ਲੀਡਰ ਨੇ ਪੰਜਾਬ ਦੇ, ਉਹ ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਨੇ। ਜੇ ਗੱਲ ਕਰੀਏ ਟੌੜਾ ਪਰਿਵਾਰ ਵੱਲੋਂ ਵੀ ਬੀਜੇਪੀ ਜੁਆਇਨ ਕਰ ਲਈ ਗਈ ਹੈ, ਤਾਂ ਅੱਜ ਫਤਿਹਗੜ੍ਹ ਸਾਹਿਬ ਦੇ ਸਾਬਕਾ MLA ਦੀਦਾਰ ਸਿੰਘ ਭੱਟੀ ਵੱਲੋਂ ਵੀ ਬੀਜੇਪੀ ਜੁਆਇਨ ਕਰ ਲਈ ਗਈ ਹੈ। ਦੀਦਾਰ ਸਿੰਘ ਭੱਟੀ ਹੁਣ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਸੀ ਦੀਦਾਰ ਸਿੰਘ ਭੱਟੀ, ਜਿਨ੍ਹਾਂ ਤੋਂ ਬਾਅਦ ਉਹਨਾਂ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ ਅਤੇ ਅਗਲੀ ਇਲੈਕਸ਼ਨ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ, ਤਾਂ ਦੀਦਾਰ ਸਿੰਘ ਭੱਟੀ ਉਸ ਵੇਲੇ ਬਾਗੀ ਹੋ ਜਾਂਦੇ ਨੇ, ਸ਼੍ਰੋਮਣੀ ਅਕਾਲੀ ਦਲ ਛੱਡ ਦਿੰਦੇ ਨੇ ਅਤੇ ਮਨਪ੍ਰੀਤ ਬਾਦਲ ਦੀ ਪਾਰਟੀ PPP ਵਿੱਚ ਸ਼ਾਮਿਲ ਹੋ ਜਾਂਦੇ ਨੇ, ਪੀਪਲਸ ਪਾਰਟੀ ਆਫ ਪੰਜਾਬ ਵਿੱਚ ਸ਼ਾਮਿਲ ਹੋ ਜਾਂਦੇ ਨੇ, ਜਿਸ ਤੋਂ ਬਾਅਦ ਉਹ ਕੜੀ ਟੱਕਰ ਦਿੰਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ। ਲਗਭਗ 33,000 ਦੇ ਕਰੀਬ ਵੋਟਾਂ ਸ਼ਾਇਦ ਉਹਨਾਂ ਨੇ ਉਸ ਸਮੇਂ ਹਾਸਿਲ ਕੀਤੀਆਂ ਸੀ, ਜਿਹੜੀਆਂ ਕਿ 2,000 ਜਾਂ 3,000 ਹੀ ਘੱਟ ਸੀਗੀਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ, ਜਿਸਦੇ ਚੱਲਦਿਆਂ ਕੁਲਜੀਤ ਸਿੰਘ ਨਾਗਰਾ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਤੋਂ MLA ਜਿੱਤ ਜਾਂਦੇ ਨੇ। ਉਸ ਤੋਂ ਅਗਲੀ ਵਾਰ ਦੀਆਂ ਚੋਣਾਂ ਵਿੱਚ ਜਿਹੜੀਆਂ ਪਿੱਛੇ ਜੇ 2017 ਵਿੱਚ ਹੋਈਆਂ ਸੀ, ਤਾਂ ਦੀਦਾਰ ਸਿੰਘ ਭੱਟੀ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ, ਪਰ ਉਹ ਆਪਣੀ ਟਿਕਟ ਆ ਜਿਹੜੀ ਉਹ ਜਿੱਤ ਨਹੀਂ ਪਾਉਂਦੇ, ਆਪਣੀ ਸੀਟ ਜਿੱਤ ਨਹੀਂ ਪਾਉਂਦੇ, ਅਤੇ ਕੁਲਜੀਤ ਸਿੰਘ ਨਾਗਰਾ ਦੁਬਾਰਾ ਫਤਿਹਗੜ੍ਹ ਸਾਹਿਬ ਤੋਂ MLA ਬਣ ਜਾਂਦੇ ਨੇ। ਪਰ ਦੀਦਾਰ ਸਿੰਘ ਭੱਟੀ ਦੀ ਆਪਣੀ ਵੋਟ ਬਹੁਤ ਸੀ, ਤਕਰੀਬਨ 25,000 ਤੋਂ 30,000 ਦੇ ਕਰੀਬ ਲੋਕ ਨੇ ਉਹਨਾਂ ਦੇ ਸਮਰਥਕ ਸੀ, ਉਹਨਾਂ ਦੀ ਬਹੁਤ ਵੱਡਾ ਰਸੂਖ ਸੀ ਫਤਿਹਗੜ੍ਹ ਸਾਹਿਬ ਵਿੱਚ। ਪਰ ਇਸ ਵਾਰ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੀਦਾਰ ਸਿੰਘ ਭੱਟੀ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਹ ਬਾਗੀ ਹੁੰਦੇ ਨਜ਼ਰ ਆ ਰਹੇ ਸੀ। ਉਹਨਾਂ ਦੀ ਥਾਂ ਜਗਜੀਤ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਤੋਂ ਬਾਅਦ ਭੱਟੀ ਦੇ ਸਮਰਥਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦੀਦਾਰ ਸਿੰਘ ਭੱਟੀ ਨੂੰ ਟਿਕਟ ਦਿੱਤੀ ਜਾਵੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਪਰ ਅਜਿਹਾ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਆਪਣੇ ਸਟੈਂਡ 'ਤੇ ਬਣਿਆ ਰਿਹਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਦੀਪ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਮੈਦਾਨ 'ਚ ਉਤਰਨ ਤੋਂ ਬਾਅਦ ਜਗਦੀਪ ਸਿੰਘ ਚੀਮਾ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ, ਪਰ ਦੀਦਾਰ ਸਿੰਘ ਭੱਟੀ ਉਹਨਾਂ ਦੇ ਨਾਲ ਨਜ਼ਰ ਨਹੀਂ ਆਏ। ਤਾਂ ਹੁਣ ਵੱਡੀ ਖਬਰ ਆ ਰਹੀ ਹੈ, ਦੀਦਾਰ ਸਿੰਘ ਭੱਟੀ ਵੱਲੋਂ BJP ਜੁਆਇਨ ਕਰ ਲਈ ਗਈ ਹੈ। ਅੱਜ ਦੀਦਾਰ ਸਿੰਘ ਭੱਟੀ BJP ਵਿੱਚ ਸ਼ਾਮਿਲ ਹੋ ਗਏ ਨੇ। ਹੁਣ ਵੇਖਣਾ ਹੋਵੇਗਾ ਕਿ BJP ਉਹਨਾਂ ਨੂੰ ਟਿਕਟ ਦਿੰਦੀ ਹੈ ਜਾਂ ਨਹੀਂ, ਅਤੇ ਜਿਹੜੇ ਉਹਨਾਂ ਦੇ ਸਮਰਥਕ ਸੀ, ਹਜ਼ਾਰਾਂ ਸਮਰਥਕ ਦੀਦਾਰ ਸਿੰਘ ਭੱਟੀ ਦੇ ਸੀ, ਕਿਸਾਨੀ ਅੰਦੋਲਨ ਵਿੱਚ ਵੀ ਉਹ ਆਪਣਾ ਯੋਗਦਾਨ ਪਾਉਂਦੇ ਰਹੇ ਨੇ, ਤਾਂ ਹੁਣ ਵੇਖਣਾ ਹੋਵੇਗਾ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਵੀ ਉਹਨਾਂ ਦੇ ਨਾਲ ਜਾਣਗੇ ਜਾਂ ਨਹੀਂ, ਅਤੇ ਫਤਿਹਗੜ੍ਹ ਸਾਹਿਬ ਦੀ ਸੀਟ ਤੋਂ BJP ਕਿਹੜੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਦੀ ਹੈ, ਅਤੇ ਕਿਹੜਾ ਉਮੀਦਵਾਰ ਆ, ਕਿਹੜੀ ਪਾਰਟੀ ਦੇ ਝੋਲੀ ਆਪਣੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਜਿੱਤ ਕੇ ਪਾਉਂਦਾ। ਇਸ ਵੇਲੇ ਮੁਕਾਬਲਾ ਹੈ ਕੁਲਜੀਤ ਸਿੰਘ ਨਾਗਰਾ, ਮੌਜੂਦਾ MLA ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਲਖਬੀਰ ਸਿੰਘ ਰਾਏ ਦਰਮਿਆਨ। ਤੁਹਾਨੂੰ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਆਪਣੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵੇਗਾ? ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆ ਦੀਆਂ ਤਮਾਮ ਖਬਰਾਂ ਲਈ ਬਣੇ ਰਹੋ ਵੋਇਸ ਆਫ ਪੰਜਾਬ TV ਦੇ ਨਾਲ।